अज भिखी पिंड किसान मजदूर दियां वख-वख जथेबंदियां वल्लों हलका विधायक सरदार सरवण सिंह धुन दे दफ्तर अगे अपनियां मंगां नूं लै के धरना लगाया गया। किसान आगू ने साडी पत्रकार टीम नाल गलबात करदिआं दस्सिआ कि जथेबंदियां दियां मंगां नूं लै के पूरे पंजाब दे हर हलके अंदर विधायकों के दफ्तर अगे धरना प्रदर्शन किया गया है, जिस तहत उन्होंने भिखी पिंड विधायक के दफ मूहरे धरना दिता है ते अपने मंगा संबंधी मंग पत्र पंजाब सरकार के नाम से दिता है। विकीवेंट तो संदीप उपल ते विक्की मेहता की विशेष रिपोर्ट। जेकर तुसी साड़े चैनल ते नवे तो साड़े चैनल हुणे सबसक्राइब कर लो तो ऑल बेल आइकन ते क्लिक कर लो। जेकर तुसी फेसबुक पेज ते हो तो फेसबुक पेज नूं फॉलो एंड लाइक जरूर करो ताकि पंजाब ते देश विदेश दीआं खास खबरां तुहाडे तक पहुंच सकण सब तों पहलां। ਹਾਂਜੀ ਵੀਰ ਜੀ, ਅੱਜ ਦਾ ਧਰਨਾ ਕਿਸ ਸਬੰਧ ਵਿੱਚ ਲੱਗਾ ਆ? ਅੱਜ ਦਾ ਧਰਨਾ ਜੀ ਪੂਰੇ ਪੰਜਾਬ ਦੇ ਵਿੱਚ ਜਿੰਨੇ ਵੀ ਮੰਤਰੀ ਆ, ਜਿੰਨੇ ਵੀ MLA ਆ, ਸਾਰਿਆਂ ਦੇ ਘਰਾਂ ਦੇ ਅੱਗੇ ਪੰਜਾਬ ਦੇ ਵਿੱਚ ਤਕਰੀਬਨ 16 ਜ਼ਿਲ੍ਹਿਆਂ ਦੇ ਵਿੱਚ ਜਿਹੜਾ ਇਹ ਧਰਨਾ ਜਾਰੀ ਆ। ਔਰ ਇਹ ਸਾਡੀਆਂ ਜਿਹੜੀਆਂ ਮੰਗਾਂ ਵਾਂ, ਜਿਹੜੀਆਂ ਮੰਗਾਂ ਇਹ ਸਾਨੂੰ ਲਾਰੇ ਲਾ ਕੇ ਸਾਡੇ ਨਾਲ ਵਾਅਦੇ ਕਰਕੇ ਅਸੀਂ ਇਹ ਸਰਕਾਰ ਨੂੰ ਬਣਾਇਆ, ਕਿਉਂਕਿ ਲੋਕ ਪਿਛਲੀਆਂ ਸਰਕਾਰਾਂ ਤੋਂ ਬਹੁਤ ਦੁਖੀ ਸਨ, ਚਾਹੇ ਉਹ ਅਕਾਲੀ ਆ ਚਾਹੇ ਕਾਂਗਰਸੀ ਆ। ਉਹਨਾਂ ਨੇ ਵੀ ਸਾਨੂੰ ਇਸੇ ਤਰ੍ਹਾਂ ਝੂਠੇ ਲਾਰੇ ਲਾ ਕੇ, ਗੁਟਕਾ ਸਾਹਿਬ ਦੀ ਸਹੁੰ ਖਾ ਕੇ ਇਹਨਾਂ ਲੋਕਾਂ ਨੂੰ ਲੁੱਟਿਆ ਅਤੇ ਕੁੱਟਿਆ, ਔਰ ਲੋਕਾਂ ਨਾਲ ਵਾਅਦੇ ਜਿਹੜੇ ਆ ਇੱਕ ਵੀ ਪੂਰਾ ਨਹੀਂ ਕੀਤਾ। ਇਹ ਹੁਣ ਲੋਕਾਂ ਨੂੰ ਆਸ ਸੀ ਇਹਨਾਂ ਦੇ ਉੱਤੇ ਵੀ ਸ਼ਾਇਦ ਆ ਕੋਈ ਨਵੀਂ ਸਰਕਾਰ ਆਊਗੀ, ਆਉਣ ਵਾਲੇ ਸਮੇਂ 'ਚ ਸਾਡਾ ਜਿਹੜਾ ਜੀਵਨ ਵਾ ਉਹ 'ਚ ਕੋਈ ਤਬਦੀਲੀ ਆਊਗੀ, ਸਾਡੇ ਬੱਚੇ ਆ ਉਹ ਕੋਈ ਸਰਵਿਸ ਮਿਲੂਗੀ, ਸਾਡੇ ਭਾਵ ਆ ਉਹ ਸਹੀ ਹੋਣਗੇ, ਸਾਡੇ ਜਿਹੜੀਆਂ ਮਾਤਾਵਾਂ ਭੈਣਾਂ ਵਾਂ ਇਹਨਾਂ ਦੀਆਂ ਸਹੂਲਤਾਂ ਕੋਲ ਸੋਚਿਆ ਜਾਊਗਾ, ਸਾਡਾ ਮੈਡੀਕਲ ਦਾ ਸੋਚਿਆ ਜਾਊਗਾ, ਸਾਡੇ ਬੱਚਿਆਂ ਦੀ ਪੜ੍ਹਾਈ ਦਾ, ਸਾਡੀ ਹੈਲਥ ਦਾ। ਜਿਹੜਾ ਇਹ ਕਹਿ ਰਹੇ ਸੀ ਵੀ ਬਿਲਕੁਲ ਇਲਾਜ ਵਾ ਜਿਹੜਾ ਫ੍ਰੀ ਹੋਊਗਾ, ਪਰ ਤੁਸੀਂ ਵੇਖਿਆ ਹੋਊਗਾ ਅਜੇ ਤੱਕ ਕੋਈ ਰੱਤੀ ਵੀ ਫਰਕ ਜਿਹੜਾ ਉਹ ਨਹੀਂ ਪਿਆ। ਇਸ ਕਰਕੇ ਅੱਜ ਅਸੀਂ ਚੇਤਾਵਨੀ ਪੱਤਰ ਮੰਗ ਪੱਤਰ ਲੈ ਕੇ ਆਏ ਹਾਂ ਪੂਰੇ ਪੰਜਾਬ ਦੇ ਵਿੱਚ, ਇਹਨਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਇਹ ਜਿਹੜਾ ਸਾਡਾ 13 ਸੂਤਰੀ ਮੰਗ ਪੱਤਰ ਵਾ ਇਹਦੇ 'ਤੇ ਗੌਰ ਕੀਤਾ ਜਾਵੇ। ਅੱਜ ਅਸੀਂ ਇੱਕ ਦਿਨ ਦਾ ਧਰਨਾ ਲੀਕਿਆ ਵਾ ਸਾਰਾ ਹੀ ਪੰਜਾਬ 'ਚ, ਅਤੇ ਆਉਣ ਵਾਲੇ ਸਮੇਂ 'ਚ ਜਿਹੜੀਆਂ ਸਾਡੀਆਂ ਮੰਗਾਂ ਮੰਗ ਪੱਤਰ ਦੇ ਵਿੱਚ ਅਸੀਂ ਲਿਖੀਆਂ ਵਾਂ, ਜੇ ਪੂਰੀਆਂ ਨਾ ਹੋਈਆਂ ਤਾਂ ਫਿਰ ਦਿੱਲੀ ਵਾਂਗੂ ਕੋਈ ਵੱਡਾ ਮੋਰਚਾ ਲਾਵਾਂਗੇ ਜਿਹੜਾ ਕਿ ਸਰਕਾਰਾਂ ਨੂੰ ਅਤੇ ਪ੍ਰਸ਼ਾਸਨ ਨੂੰ ਸੰਭਾਲਣਾ ਮੁਸ਼ਕਲ ਹੋ ਜੂਗਾ। ਇਸ ਕਰਕੇ ਪੂਰੇ ਪੰਜਾਬ 'ਚ ਅੱਜ ਇਹ ਧਰਨੇ ਆ ਜਿਹੜੇ ਸਾਡੇ ਵਿਧਾਇਕਾਂ ਦੇ ਅਤੇ ਮੰਤਰੀਆਂ ਦੇ ਘਰਾਂ ਦੇ ਅੱਗੇ ਲਾਏ ਆ, ਔਰ ਚੜ੍ਹਦੀ ਕਲਾ ਨਾਲ ਤੁਸੀਂ ਦੇਖ ਰਹੇ ਹੋ ਸੰਗਤ ਵਾ ਜਿਹੜੀ ਹਰ ਥਾਂ ਹੀ, ਇਹਨਾਂ 'ਚ ਜੋਸ਼ ਵਾ, ਇਹਨਾਂ ਨੂੰ ਗੁੱਸਾ ਵਾ ਵੀ ਸਰਕਾਰ ਨੇ ਜੋ ਸਾਡੇ ਨਾਲ ਕਿਹਾ ਸੀ ਉਹ ਨਹੀਂ ਕਰ ਰਹੇ। ਇਹ ਗੁੱਸੇ ਨੂੰ ਆਪਣੇ ਨੂੰ ਠੰਡਾ ਕਰਨ ਵਾਸਤੇ ਅਤੇ ਇਹਨਾਂ ਨੂੰ ਦੱਸਣ ਵਾਸਤੇ ਅੱਜ ਇੱਥੇ ਆਏ ਹੋਏ। ਵਾਹਿਗੁਰੂ ਜੀ ਕੀ ਫਤਿਹ। ਵੀਰੋ, ਆਪਾਂ ਸਾਰੇ ਇਸ ਗੱਲ ਤੋਂ ਜਾਣੂ ਆ ਕਿ ਜੋ ਵੀ ਅੱਜ ਪੰਜਾਬ ਭਰ ਦੇ ਵਿੱਚ ਜਿੰਨੇ ਵੀ ਵਿਧਾਇਕ MLA ਮੰਤਰੀਆਂ ਦਾ ਘਰਾਓ ਜਾਣੀ ਕਿ ਧਰਨਾ ਰੱਖਿਆ ਗਿਆ ਆ, ਉਹਨਾਂ ਨੂੰ ਕੋਈ ਅਸੀਂ ਕੋਈ ਵਿਰੋਧੀ ਧਿਰ ਨਹੀਂ, ਬਲਕਿ ਉਹਨਾਂ ਨੂੰ ਇਹ ਚੇਤਾ ਕਰਾਉਣ ਆਏ ਆ ਕਿ ਤੁਸੀਂ ਕੋਈ ਦਿਨ ਪਹਿਲਾਂ ਇਹਨਾਂ ਲੋਕਾਂ ਦੇ ਘਰ ਗਏ, ਹੱਥ ਜੋੜੇ, ਇਹਨਾਂ ਨੇ ਤੁਹਾਡਾ ਸਵਾਗਤ ਕੀਤਾ, ਤੁਹਾਨੂੰ ਫੁੱਲਾਂ ਦੇ ਹਾਰ ਪਾਏ ਤੇ ਤੁਹਾਡਾ ਆਉਣ ਵੋਟਾਂ ਦੇ ਵਿੱਚ ਵੱਧ ਚੜ੍ਹ ਕੇ ਤੁਹਾਡਾ ਹਿੱਸਾ ਲੈ ਕੇ ਤੁਹਾਨੂੰ ਇੱਥੋਂ ਤੱਕ ਪਹੁੰਚਾਇਆ, MLA ਬਣਾਇਆ, ਵਿਧਾਇਕ ਬਣਾਏ, ਤੁਸਾਂ ਨਾਲ ਵਾਅਦੇ ਕੀਤੇ ਆ, ਉਹਨਾਂ ਵਾਅਦਿਆਂ ਨੂੰ ਤੁਹਾਨੂੰ ਯਾਦ ਕਰਾਉਣ ਵਾਸਤੇ ਇੱਥੇ ਅੱਜ ਜਿਹੜਾ ਕਿ ਧਰਨਾ ਰੱਖਿਆ ਗਿਆ ਆ। ਪਰ ਅਫਸੋਸ ਇਸ ਗੱਲ ਦਾ ਆ ਕਿ ਜਿੰਨੇ ਉਤਸ਼ਾਹ ਨਾਲ ਤੁਹਾਨੂੰ ਇਸ ਜਨਤਾ ਨੇ ਲਿਆਂਦਾ, ਪਰ ਉਹਦਾ ਜਿਹੜਾ ਵੇਖਣ ਜੰਟ ਆ ਉਹ ਬਿਲਕੁਲ ਹੀ ਨਾਕਾਰੀ ਵਾਲਾ ਆ। ਤੁਸੀਂ ਵੱਡੇ ਲੈਵਲ ਤੇ ਵੇਖ ਲਓ ਇੱਥੋਂ ਜਿਤਾਇਆ, ਜੇ ਧੁਨ ਤੁਹਾਡਾ ਹੁੰਦਾ ਪ੍ਰੈਸ 'ਚ ਦਿੱਤਾ, ਅਖਬਾਰਾਂ 'ਚ ਗਿਆ, CID ਨੂੰ ਪਤਾ, ਜੇ ਉਹ ਇਮਾਨਦਾਰ ਹੁੰਦਾ ਇੱਥੇ ਬੈਠਾ ਹੁੰਦਾ, ਉਹ ਆੜ ਕੇ ਆਉਂਦਾ ਵੀ ਤੁਸੀਂ ਵੋਟਾਂ ਪਾ ਕੇ ਤੇ ਸਾਨੂੰ ਰਾਜ ਗੱਡੀਆਂ 'ਚ ਚੰਡੀਗੜ੍ਹ ਘਲਾਇਆ ਤੇ ਲਿਆਓ, ਤੁਹਾਡਾ ਕੀ ਕੰਮ ਹੈ ਸਾਡੀ ਗੱਲ ਸੁਣਦਾ, ਪਰ ਉਹ ਸਾਡਾ ਨਹੀਂ ਆ, ਉਹ ਅਡਾਨੀਆਂ ਬਾਨੀਆਂ
क्योंकि इस सत्ता दे विच उन्होंने तां कराया भी लोग साडी गल सुन साडियां दुख तकलीफां जा के दिल्ली जां चंडीगढ़ रखण वह चीजा नहीं है उहदे विच क्योंकि अपने को जिले के प्रधान सतनाम सिंह जी मानोचाल वह आया गलबात जिहड़ी आ वह बड़ी वड्डी चलनी आ इह हुण मैं बेनती करदा मेहते सिंह जी कसेर वह गलबात अपनी रखण ਬੰਬੀਆਂ ਦੇ ਬਿੱਲ ਆ ਜਿਹੜੇ ਭਰਾਓ ਅੱਜ ਤੱਕ ਕੋਈ ਤੁਹਾਡੇ ਤੋਂ ਲੈ ਨਹੀਂ ਸਕਿਆ ਕਿਉਂਕਿ ਅਸੀਂ ਨਹੀਂ ਚਾਹੁੰਦੇ ਵੀ ਸਾਨੂੰ ਕੋਈ ਫ੍ਰੀ ਦੀਆਂ ਚੀਜ਼ਾਂ ਦਿੱਤੀਆਂ ਜਾਣ ਅਸੀਂ ਚਾਹੁੰਦੇ ਹਾਂ ਸਾਡੇ ਭਾਅ ਸਵਾਮੀਨਾਥਨ ਬੋਰਡ ਦੇ ਮੁਤਾਬਕ ਦਿੱਤੇ ਜਾਣ ਸਾਡੇ ਬੱਚਿਆਂ ਨੂੰ ਰੁਜ਼ਗਾਰ ਦਿੱਤਾ ਜਾਵੇ ਔਰ ਸਾਡੇ ਜਿਹੜੇ ਸਕੂਲ ਆ ਉਹਨਾਂ ਦੇ ਵਿੱਚ ਜਿਹੜੀ ਲੁੱਟ ਖਸੁੱਟ ਹੋ ਰਹੀ ਆ ਮਨਮਾਨੀਆਂ ਹੋ ਰਹੀਆਂ ਵਾ उन्होंने रोकया जाए तो साढ़े जड़े अज सारे वीडी जी बीमारी आडे घर घर बीमारी ने घर बनाया हुआ वा तो इलाज वास्ते लोगों के बैठे किसान मजदूर भी जो वाहगुरु जी का खालसा वाहगुरु जी की फतेह भाओ जे अपना हों दरिया बछा दरिया बछाइया होंदिया तंबू लगे होंगे पखे लगे होंगे पानी रखा हों चाह बनाई होंगी क्या वो भरा मैं ढाडा थी ये अपना नहीं गा अडानिया बानिया दे उन्होंने इन्होंने रहना है लेकिन जी गल इतों गुरपिंड साहब कह के गए ये मंग पत्र उन्होंने लेना पैना वा दो ढाई घंटे च आ सकता वा चंडीगढ़ वो त्या के अपना मंग पत्र लवे तो वादे जेड़े आ जे तो आप जागते रहे जिस तरह अगे 22 साल जागदे नूं हो गए आपां नूं जागदे रहे ते वादे इन्हां को पूरे करवा के फिर छड़ेंगे ते फिर इत्थे तुहानूं भी आऊगा ते तुहाडे मंग पत्र भी जाणगे ते तुहाडे मसले भी हल होणगे इस करके पहला तुसीं जागदा बणाओ आ मेरे वीरे जिहड़े मेरे टुट्टी साहिब मुक्के आ इन्हां दे पुक्के लगे जां सज्जे खब्बे कर दो ते मेरे वीर बैठ जाओ आ बैलो नुकरा मेरे वीर जुड़ के बेनती है सियाने मंदिर सारे आप बैलो।